ਤਰਨਤਾਰਨ ਜ਼ਿਲ੍ਹੇ ਅੰਦਰ ਪੈਂਦੇ ਪਿੰਡ ਬਘਿਆੜੀ ਵਿਖੇ ਸਕੂਲ ਤੋਂ ਪੜ੍ਹ ਕੇ ਵਾਪਸ ਘਰ ਨੂੰ ਜਾਂਦੇ ਕਿਰਨਦੀਪ ਸਿੰਘ ਨੂੰ ਦੋ ਵਿਅਕਤੀਆਂ ਨੇ ਮੋਟਰਸਾਈਕਲ ਤੇ ਅਗਵਾ ਕਰਕੇ ਅਣਦੱਸੀ ਜਗ੍ਹਾ ਤੇ ਲੈ ਗਏ। ਇਹ ਉਦੋਂ ਪਤਾ ਲੱਗਿਆ ਜਦ ਨਾਲ ਪੜ੍ਹਦੇ ਬੱਚੇ ਨੇ ਕਿਰਨਦੀਪ ਸਿੰਘ ਦੇ ਘਰ ਜਾ ਕੇ ਦੱਸਿਆ। ਕਿਰਨਦੀਪ ਦੀ ਮਾਂ ਅਤੇ ਹੋਰ ਰਿਸ਼ਤੇਦਾਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਦ ਕਿਤੇ ਵੀ ਨਾ ਲੱਭਾ ਤਾਂ ਥਾਣਾ ਝਬਾਲ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ। ਥਾਣਾ ਝਬਾਲ ਪੁਲਿਸ ਨੇ 12 ਘੰਟਿਆਂ ਦੇ ਅੰਦਰ ਹੀ ਬੱਚੇ ਨੂੰ ਬਰਾਮਦ ਕਰ ਲਿਆ। ਇਹ ਭਾਅ ਜੀ ਮਿਸਤਰੀ ਆ ਤਾਂ ਅਸੀਂ ਕੰਮ ਦਾ ਪਤਾ ਕਰਨ ਗਏ ਸਰਾਂ ਝਬਾਲੋਂ, ਅਤੇ ਅਸੀਂ ਮੇਰੇ ਫਿਰ ਵਾਪਸ ਜੋ ਆਏ ਹਾਂ ਅਤੇ ਮੁੰਡਾ ਪੜ੍ਹ ਕੇ ਆਉਣ ਦਿਆ ਹੈ ਅਤੇ ਉਹ ਸੜਕ 'ਤੇ ਆਉਣ ਦਿਆ ਅਤੇ ਅਸੀਂ ਆਪ ਹੀ ਕਰਨ ਆ ਜਾ ਚਲੀ ਕਰਨ ਜਾਣਾ ਅਤੇ ਕਹਿੰਦਾ ਡੈਡੀ ਮੈਂ ਚੱਲ ਚੱਲਦਾ ਤੈਨੂੰ ਭਾਲ ਆ ਵਿੱਚ ਅਸੀਂ ਅਤੇ ਮਾਂ ਡੈ ਵੀ ਮੈਂ ਤਾਂ ਰੋਟੀ ਆਪ ਪਕਾਉਣਾ ਅੱਗੇ ਆਪ ਹੀ ਅਤੇ ਮਾਂ ਪਾ ਤੈਨੂੰ ਰੋਟੀ ਕਿਤੇ ਖੋਲ ਤੇਰੀ ਭੂਆ ਕੋਲ ਛੱਡ ਆਉਣਾ ਮੈਂ ਭੂਆ ਕੋਲ ਛੱਡ ਆਇਆ ਜੀ ਝਗੜਾ ਜੀ ਛੇ ਕੁ ਮਹੀਨੇ ਉੱਥੇ ਰਹਿੰਦੀ ਛੇ ਮਹੀਨੇ ਇੱਥੇ ਰਹਿੰਦੀ ਜੀ ਬਗਿਆੜੀ ਨਹੀਂ ਜੀ ਕਿਸੇ ਨੂੰ ਪਿੰਡ ਦੇ ਨਹੀਂ ਦੱਸਿਆ ਜੀ ਹਾਂਜੀ ਨਹੀਂ ਜੀ ਉੱਥੇ ਮੈਂ ਕੰਮ ਕਰਨਾ ਚਾਹੁੰਦਾ ਜੀ ਮੈਂ ਕਰਕੇ ਮੈਂ ਨਾਲੇ ਲੈ ਜਾਂਦਾ ਇਹਨੂੰ ਬੱਚੇ ਨੂੰ ਉਹ ਭੈਣ ਆਪਣੀ ਕੋਲ ਬੱਚਾ ਸੀ ਕੋਈ 10 ਕੁ ਸਾਲ ਦਾ ਸੀ ਬਘਿਆੜੀ ਸਕੂਲ ਦੇ ਵਿੱਚ ਪੜ੍ਹਦਾ ਸੀ ਅਤੇ ਜਿਹੜੀ ਉਹਦੀ ਮਾਂ ਸੀ ਮਾਂ ਦਾ ਅਤੇ ਪਿਓ ਦਾ ਦੋਵਾਂ ਦਾ ਆਪਸ 'ਚ ਡਿਸਪਿਊਟ ਹੈਗਾ ਸੀ ਜਦੋਂ ਇਹਨਾਂ ਨੂੰ ਬੱਚਾ ਪੜ੍ਹਦਾ ਸੀ ਬੱਚੇ ਪੜ੍ਹਦੇ ਦੱਸੇ ਤੋਂ ਬਗੈਰ ਹੁਣ ਮੂੰਹ ਬੰਦ ਕਰਕੇ ਇੱਕ ਮੁੰਡਾ ਹੋਰ ਨਾਲ ਲਿਆ ਨਾਲ ਲੈ ਗਏ ਅਤੇ ਬੱਚਾ ਅਗਵਾ ਕਰਕੇ ਲੈ ਗਏ ਉਹ ਸ਼ਾਮ ਨੂੰ ਜਦੋਂ ਸਾਨੂੰ ਪਤਾ ਲੱਗਾ ਵੀ ਸਾਡਾ ਬੱਚਾ ਨਹੀਂ ਲੱਭਦਾ ਅਸੀਂ ਸਾਰੇ ਘਾ ਲਿਆ ਅਸੀਂ ਪੋਸਟ ਪੇਟ ਉਹਦੇ ਘਰ ਦੇ ਰੇਡ ਰੂਡ ਕਰਾ ਕੇ ਦੇਖਿਆ ਉਹ ਘਰ ਨਾ ਬੰਦਾ ਮਿਲਿਆ ਅਤੇ ਅਸੀਂ ਆਪਦਾ ਜੋ ਟੈਕਨੀਕਲ ਕਰਕੇ ਟੈਕਨੀਕਲ ਕਰਨ ਤੋਂ ਬਾਅਦ ਫਿਰ ਸਾਨੂੰ ਰਾਤ 11:30 ਵਜੇ ਬੰਦੇ ਵੀ ਅਸੀਂ ਫੜ ਲਿਆ ਅਤੇ ਜਿਹੜਾ ਬੱਚਾ ਸੀ ਉਹਨੂੰ ਟਰੇਸ ਕਰ ਲਿਆ ਰੀਜ਼ਨ ਇਹ ਹੈ ਵੀ ਮਤਲਬ ਉਹਨੂੰ ਉਹਦੀ ਵਾਈਫ ਨੂੰ ਤੰਗ ਕਰਨ ਵਾਸਤੇ ਬੱਚਾ ਮੈਂ ਲੈ ਗਿਆ ਅਤੇ ਲੱਭ ਹੀ ਫਿਰੇ ਇੱਕ ਰਸ਼ਪਾਲ ਸਿੰਘ ਇਹਦੇ ਟਿੱਤੂ ਸਾਨੂੰ ਅਮਰੀਕ ਸਿੰਘ ਮਜ਼ਬੀ ਵਾਸੀ ਲਈਆ ਦੂਜਾ ਮੰਨਾ ਸਾਨੂੰ ਅਮਰੀਕ ਸਿੰਘ ਕੌਮ ਮਜ਼ਬੀ ਵਾਸੀ ਲਈਆ ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ।